ਕੁਝ ਦਿਨ ਪਹਿਲਾਂ ਲੁਧਿਆਣਾ ਪੱਛਮੀ ਦੇ ਵਿਧਾਇਕ ਗੋਗੀ ਦੇ ਵੱਲੋਂ ਸੀਲ ਦੁਕਾਨਾਂ ਦੇ ਤਾਲੇ ਤੋੜੇ ਗਏ ਸੀ। ਉਹ ਦੁਕਾਨਾਂ ਜਿਨ੍ਹਾਂ ਨੂੰ ਨਗਰ ਨਿਗਮ ਦੇ ਵੱਲੋਂ ਸੀਲ ਕੀਤਾ ਗਿਆ ਸੀ। ਵਿਧਾਇਕ ਗੋਗੀ ਨੇ ਉਹਨਾਂ ਦੁਕਾਨਾਂ ਨੂੰ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਖੋਲ੍ਹ ਦਿੱਤਾ ਸੀ ਤਾਂ ਉਸ ਮਾਮਲੇ ਦੇ ਵਿੱਚ ਹੁਣ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਦਾ ਵੱਡਾ ਬਿਆਨ ਸਾਹਮਣੇ ਆਇਆ। ਜਦੋਂ ਇਸ ਬਾਬਤ ਪੱਤਰਕਾਰਾਂ ਨੇ ਸਵਾਲ ਪੁੱਛਿਆ ਤਾਂ ਕਮਿਸ਼ਨਰ ਸੰਦੀਪ ਰਿਸ਼ੀ ਨੇ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਸੀਲ ਕੀਤੀਆਂ ਦੁਕਾਨਾਂ ਦੇ ਤਾਲੇ ਤੋੜਨ ਵਾਲਿਆਂ ਦੇ ਖਿਲਾਫ ਪਰਚਾ ਦਰਜ ਕੀਤਾ ਜਾਵੇਗਾ, ਚਾਹੇ ਉਹ ਕੋਈ ਵੀ ਹੋਵੇ। ਆਰੋਪੀਆਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ, ਜਿਸ ਤੋਂ ਬਾਅਦ ਜੋ ਵੀ ਰਿਪੋਰਟ ਦੇ ਵਿੱਚ ਆਰੋਪੀ ਪਾਇਆ ਗਿਆ ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਜੀ, ਮੈਂ ਅੱਜ ਰਿਪੋਰਟ ਮੰਗਾਈ ਹੈ, ਅਸੀਂ ਬਿਲਕੁਲ FIR ਕਰਾਂਗੇ ਜਿਹੜੇ ਲੋਕਾਂ ਨੇ ਸੀਲਾਂ ਤੋੜੀਆਂ, ਇਹੋ ਜਿਹੇ ਅਸੀਂ ਬਿਲਕੁਲ ਨਹੀਂ ਕਰਨ ਦੇਵਾਂਗੇ। ਜਿਹੜਾ ਉਸ ਤੋਂ ਪਹਿਲਾਂ ਮਾਡਲ ਟਾਊਨ ਦੇ ਵਿੱਚ ਹੋਇਆ ਸੀ ਉਹਦੇ ਵਿੱਚ ਵੀ ਅਸੀਂ ਵੈਰੀਫਾਈ ਕਰ ਲਿਆ, ਉਹਦੇ 6-7 ਦੁਕਾਨਾਂ ਜਿਹੜੀਆਂ 6-7 ਬਿਲਡਿੰਗਸ ਨਵੀਆਂ ਬਣ ਰਹੀਆਂ ਸੀ, ਅਸੀਂ ਉਹਨਾਂ ਦੇ ਖਿਲਾਫ਼ ਵੀ ਜਿਹੜੀਆਂ FIR ਕਰਾਂਗੇ। ਜਿਹੜੀਆਂ ਪੁਰਾਣੀਆਂ ਦੁਕਾਨਾਂ ਸੀਲ ਕੀਤੀਆਂ ਗਈਆਂ ਕਿਉਂਕਿ ਉਹਦੇ ਆਲਰੇਡੀ ਇੱਕ ਮਤਾ ਪਿਆ ਆ ਜਿਹੜਾ ਅੰਡਰ ਗੌਰਮੈਂਟ ਦੇ ਕੰਸਿਡਰੇਸ਼ਨ ਆ, ਪਰ ਜਦੋਂ ਤੱਕ ਉਹ ਮਤਲਬ ਪਾਸ ਨਹੀਂ ਹੁੰਦਾ ਉਦੋਂ ਤੱਕ ਕਿਸੇ ਨੂੰ ਕੋਈ ਇਖਤਿਆਰ ਨਹੀਂ ਨਵੀਂ ਦੁਕਾਨ ਬਣਾਉਣ ਦਾ। MLA ਵੱਲੋਂ ਸੀਲ ਤੋੜੀ ਗਈ ਸੀ, ਉਹਨਾਂ ਦੇ ਉੱਤੇ ਵੀ ਕਾਰਵਾਈ ਹੋਊਗੀ ਕਿ ਜਿਹੜੇ ਆਮ ਲੋਕਾਂ ਦੇ ਉੱਤੇ? ਬਿਲਕੁਲ ਜੀ, ਮੇਰੇ ਸਟਾਫ ਵੱਲੋਂ ਜੋ ਰਿਪੋਰਟ ਆਏਗੀ ਉਸ ਹਿਸਾਬ ਨਾਲ ਅਸੀਂ ਕਰ ਰਹੇ ਹਾਂ। ਦੱਸ ਦਿਓ ਕਿ ਸ਼ਹਿਰ ਦੇ ਮਾਡਲ ਟਾਊਨ ਦੇ ਵਿੱਚ ਚੱਲ ਰਹੀਆਂ ਦੁਕਾਨਾਂ ਤੇ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਕਾਰਵਾਈ ਕਰਦਿਆਂ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੀ ਟੀਮ ਨੇ ਕਾਰਵਾਈ ਕੀਤੀ ਸੀ। ਇਸ ਕਾਰਵਾਈ ਦੇ ਮਗਰੋਂ ਦੁਕਾਨਦਾਰਾਂ ਨੇ ਧਰਨਾ ਲਗਾ ਦਿੱਤਾ ਤੇ ਇਸ ਕਾਰਨ ਸੜਕ ਜਾਮ ਹੋਣ ਦੀ ਖਬਰ ਮਿਲਦਿਆਂ ਹੀ ਮੌਕੇ ਤੇ ਹਲਕਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਪਹੁੰਚ ਗਏ, ਜਿਨ੍ਹਾਂ ਸੀਲ ਕੀਤੀਆਂ ਗਈਆਂ 35 ਦੁਕਾਨਾਂ ਦੀਆਂ ਸੀਲਾਂ ਤੋੜ ਕੇ ਖੁਲਵਾ ਦਿੱਤੀਆਂ ਤੇ ਕਿਹਾ ਕਿ ਟੀਮ ਨੇ ਗਲਤ ਕਾਰਵਾਈ ਕੀਤੀ ਹੈ। ਤਾਂ ਵਿਧਾਇਕ ਗੋਗੀ ਦੇ ਇਸ ਐਕਸ਼ਨ ਤੋਂ ਬਾਅਦ ਨਗਰ ਨਿਗਮ ਦੇ ਵੱਲੋਂ ਐਕਸ਼ਨ ਕੀਤਾ ਜਾਵੇਗਾ। ਔਰ ਕਮਿਸ਼ਨਰ ਰਿਸ਼ੀ ਨੇ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਜਿਨ੍ਹਾਂ ਨੇ ਵੀ ਸੀਲ ਕੀਤੀਆਂ ਦੁਕਾਨਾਂ ਦੇ ਤਾਲੇ ਤੋੜੇ ਉਹਨਾਂ ਤੇ ਕਾਰਵਾਈ ਹੋਵੇਗੀ। ਜੀ, ਮੈਂ ਅੱਜ ਰਿਪੋਰਟ ਮੰਗਾਈ ਹੈ, ਅਸੀਂ ਬਿਲਕੁਲ FIR ਕਰਾਂਗੇ ਜਿਹੜੇ ਲੋਕਾਂ ਨੇ ਸੀਲਾਂ ਤੋੜੀਆਂ, ਇਹੋ ਜਿਹੇ ਅਸੀਂ ਬਿਲਕੁਲ ਨਹੀਂ ਕਰਨ ਦੇਵਾਂਗੇ। ਜਿਹੜਾ ਉਸ ਤੋਂ ਪਹਿਲਾਂ ਮਾਡਲ ਟਾਊਨ ਦੇ ਵਿੱਚ ਹੋਇਆ ਸੀ ਉਹਦੇ ਵਿੱਚ ਵੀ ਅਸੀਂ ਵੈਰੀਫਾਈ ਕਰ ਲਿਆ, ਉਹਦੇ 6-7 ਦੁਕਾਨਾਂ ਜਿਹੜੀਆਂ 6-7 ਬਿਲਡਿੰਗਸ ਨਵੀਆਂ ਬਣ ਰਹੀਆਂ ਸੀ, ਅਸੀਂ ਉਹਨਾਂ ਦੇ ਖਿਲਾਫ਼ ਵੀ ਜਿਹੜੀਆਂ FIR ਕਰਾਂਗੇ। ਜਿਹੜੀਆਂ ਪੁਰਾਣੀਆਂ ਦੁਕਾਨਾਂ ਸੀਲ ਕੀਤੀਆਂ ਗਈਆਂ ਕਿਉਂਕਿ ਉਹਦੇ ਆਲਰੇਡੀ ਇੱਕ ਮਤਾ ਪਿਆ ਆ ਜਿਹੜਾ ਅੰਡਰ ਗੌਰਮੈਂਟ ਦੇ ਕੰਸਿਡਰੇਸ਼ਨ ਆ, ਪਰ ਜਦੋਂ ਤੱਕ ਉਹ ਮਤਲਬ ਪਾਸ ਨਹੀਂ ਹੁੰਦਾ ਉਦੋਂ ਤੱਕ ਕਿਸੇ ਨੂੰ ਕੋਈ ਇਖਤਿਆਰ ਨਹੀਂ ਨਵੀਂ ਦੁਕਾਨ ਬਣਾਉਣ ਦਾ। MLA ਵੱਲੋਂ ਸੀਲ ਤੋੜੀ ਗਈ ਸੀ, ਉਹਨਾਂ ਦੇ ਉੱਤੇ ਵੀ ਕਾਰਵਾਈ ਹੋਊਗੀ ਕਿ ਜਿਹੜੇ ਆਮ ਲੋਕਾਂ ਦੇ? ਬਿਲਕੁਲ ਜੀ, ਮੇਰੇ ਸਟਾਫ ਵੱਲੋਂ ਜੋ ਰਿਪੋਰਟ ਆਏਗੀ ਉਸ ਹਿਸਾਬ ਨਾਲ ਅਸੀਂ ਕਰ ਰਹੇ ਹਾਂ। ਕੁਝ ਦਿਨ ਪਹਿਲਾਂ ਲੁਧਿਆਣਾ ਪੱਛਮੀ ਦੇ ਵਿਧਾਇਕ ਗੋਗੀ ਦੇ ਵੱਲੋਂ ਸੀਲ ਦੁਕਾਨਾਂ ਦੇ ਤਾਲੇ ਤੋੜੇ ਗਏ ਸੀ। ਉਹ ਦੁਕਾਨਾਂ ਜਿਨ੍ਹਾਂ ਨੂੰ ਨਗਰ ਨਿਗਮ ਦੇ ਵੱਲੋਂ ਸੀਲ ਕੀਤਾ ਗਿਆ ਸੀ। ਵਿਧਾਇਕ ਗੋਗੀ ਨੇ ਉਹਨਾਂ ਦੁਕਾਨਾਂ ਨੂੰ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਖੋਲ੍ਹ ਦਿੱਤਾ ਸੀ ਤਾਂ ਉਸ ਮਾਮਲੇ ਦੇ ਵਿੱਚ ਹੁਣ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਦਾ ਵੱਡਾ ਬਿਆਨ ਸਾਹਮਣੇ ਆਇਆ। ਜਦੋਂ ਇਸ ਬਾਬਤ ਪੱਤਰਕਾਰਾਂ ਨੇ ਸਵਾਲ ਪੁੱਛਿਆ ਤਾਂ ਕਮਿਸ਼ਨਰ ਸੰਦੀਪ ਰਿਸ਼ੀ ਨੇ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਕਿ ਸੀਲ ਕੀਤੀਆਂ ਦੁਕਾਨਾਂ ਦੇ ਤਾਲੇ ਤੋੜਨ ਵਾਲਿਆਂ ਦੇ ਖਿਲਾਫ਼ ਪਰਚਾ ਦਰਜ ਕੀਤਾ ਜਾਵੇਗਾ, ਚਾਹੇ ਉਹ ਕੋਈ ਵੀ ਹੋਵੇ। ਆਰੋਪੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਹੈ, ਜਿਸ ਤੋਂ ਬਾਅਦ ਜੋ ਵੀ ਰਿਪੋਰਟ ਦੇ ਵਿੱਚ ਆਰੋਪੀ ਪਾਇਆ ਗਿਆ ਉਸਨੂੰ ਬਖਸ਼ਿਆ ਨਹੀਂ ਜਾਵੇਗਾ। ਜੀ, ਮੈਂ ਅੱਜ ਰਿਪੋਰਟ ਮੰਗਾਈ ਹੈ, ਅਸੀਂ ਬਿਲਕੁਲ FIR ਕਰਾਂਗੇ ਜਿਹੜੇ ਲੋਕਾਂ ਨੇ ਸੀਲਾਂ ਤੋੜੀਆਂ, ਇਹੋ ਜਿਹੇ ਅਸੀਂ ਬਿਲਕੁਲ ਨਹੀਂ ਕਰਨ ਦੇਵਾਂਗੇ। ਜਿਹੜਾ ਉਸ ਤੋਂ ਪਹਿਲਾਂ ਮਾਡਲ ਟਾਊਨ ਦੇ ਵਿੱਚ ਹੋਇਆ ਸੀ ਉਹਦੇ ਵਿੱਚ ਵੀ ਅਸੀਂ
ਵੈਰੀਫਾਈ ਕਰ ਲਿਆ ਉਹਦੇ 6-7 ਦੁਕਾਨਾਂ ਜਿਹੜੀਆਂ 6-7 ਬਿਲਡਿੰਗਸ ਨਵੀਆਂ ਬਣ ਰਹੀਆਂ ਸੀ, ਅਸੀਂ ਉਹਨਾਂ ਦੇ ਖਿਲਾਫ਼ ਵੀ ਜਿਹੜੀਆਂ FIR ਕਰਾਂਗੇ। ਜਿਹੜੀਆਂ ਪੁਰਾਣੀਆਂ ਦੁਕਾਨਾਂ ਸੀਲ ਕੀਤੀਆਂ ਗਈਆਂ ਕਿਉਂਕਿ ਉਹਦੇ ਆਲਰੇਡੀ ਇੱਕ ਮਤਾ ਪਿਆ ਆ ਜਿਹੜਾ ਅੰਡਰ ਗੌਰਮੈਂਟ ਦੇ ਕੰਸਿਡਰੇਸ਼ਨ ਆ, ਪਰ ਜਦੋਂ ਤੱਕ ਉਹ ਮਤਲਬ ਪਾਸ ਨਹੀਂ ਹੁੰਦਾ ਉਦੋਂ ਤੱਕ ਕਿਸੇ ਨੂੰ ਕੋਈ ਇਖਤਿਆਰ ਨਹੀਂ ਨਵੀਂ ਦੁਕਾਨ ਬਣਾਉਣ ਦਾ। MLA ਵੱਲੋਂ ਸੀਲ ਤੋੜੀ ਗਈ ਸੀ, ਉਹਨਾਂ ਦੇ ਉੱਤੇ ਵੀ ਕਾਰਵਾਈ ਹੋਊਗੀ ਕਿ ਜਿਹੜੇ ਆਮ ਲੋਕਾਂ ਦੇ? ਬਿਲਕੁਲ ਜੀ, ਮੇਰੇ ਸਟਾਫ ਵੱਲੋਂ ਜੋ ਰਿਪੋਰਟ ਆਏਗੀ ਉਸ ਹਿਸਾਬ ਨਾਲ ਅਸੀਂ ਕਰ ਰਹੇ ਹਾਂ। ਦੱਸ ਦੇ ਕਿ ਸ਼ਹਿਰ ਦੇ ਮਾਡਲ ਟਾਊਨ ਦੇ ਵਿੱਚ ਚੱਲ ਰਹੀਆਂ ਦੁਕਾਨਾਂ ਤੇ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਕਾਰਵਾਈ ਕਰਦਿਆਂ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਦੀ ਟੀਮ ਨੇ ਕਾਰਵਾਈ ਕੀਤੀ ਸੀ। ਇਸ ਕਾਰਵਾਈ ਦੇ ਮਗਰੋਂ ਦੁਕਾਨਦਾਰਾਂ ਨੇ ਧਰਨਾ ਲਗਾ ਦਿੱਤਾ ਤੇ ਇਸ ਕਾਰਨ ਸੜਕ ਜਾਮ ਹੋਣ ਦੀ ਖਬਰ ਮਿਲਦਿਆਂ ਹੀ ਮੌਕੇ ਤੇ ਹਲਕਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਪਹੁੰਚ ਗਏ, ਜਿਨ੍ਹਾਂ ਸੀਲ ਕੀਤੀਆਂ ਗਈਆਂ 35 ਦੁਕਾਨਾਂ ਦੀਆਂ ਸੀਲਾਂ ਤੋੜ ਕੇ ਖੁਲਵਾ ਦਿੱਤੀਆਂ ਤੇ ਕਿਹਾ ਕਿ ਟੀਮ ਨੇ ਗਲਤ ਕਾਰਵਾਈ ਕੀਤੀ ਹੈ। ਤਾਂ ਵਿਧਾਇਕ ਗੋਗੀ ਦੇ ਇਸ ਐਕਸ਼ਨ ਤੋਂ ਬਾਅਦ ਨਗਰ ਨਿਗਮ ਦੇ ਵੱਲੋਂ ਐਕਸ਼ਨ ਕੀਤਾ ਜਾਵੇਗਾ। ਔਰ ਕਮਿਸ਼ਨਰ ਰਿਸ਼ੀ ਨੇ ਸਾਫ਼ ਸ਼ਬਦਾਂ ਦੇ ਵਿੱਚ ਕਹਿ ਦਿੱਤਾ, ਜਿਨ੍ਹਾਂ ਨੇ ਵੀ ਸੀਲ ਕੀਤੀਆਂ ਦੁਕਾਨਾਂ ਦੇ ਤਾਲੇ ਤੋੜੇ ਉਹਨਾਂ ਤੇ ਕਾਰਵਾਈ ਹੋਵੇਗੀ। ਜੀ, ਮੈਂ ਅੱਜ ਰਿਪੋਰਟ ਮੰਗਾਈ ਹੈ, ਅਸੀਂ ਬਿਲਕੁਲ FIR ਕਰਾਂਗੇ ਜਿਹੜੇ ਲੋਕਾਂ ਨੇ ਸੀਲਾਂ ਤੋੜੀਆਂ, ਇਹੋ ਜਿਹੇ ਅਸੀਂ ਬਿਲਕੁਲ ਨਹੀਂ ਕਰਨ ਦੇਵਾਂਗੇ। ਜਿਹੜਾ ਉਸ ਤੋਂ ਪਹਿਲਾਂ ਮਾਡਲ ਟਾਊਨ ਦੇ ਵਿੱਚ ਹੋਇਆ ਸੀ ਉਹਦੇ ਵਿੱਚ ਵੀ ਅਸੀਂ ਵੈਰੀਫਾਈ ਕਰ ਲਿਆ, ਉਹਦੇ 6-7 ਦੁਕਾਨਾਂ ਜਿਹੜੀਆਂ 6-7 ਬਿਲਡਿੰਗਸ ਨਵੀਆਂ ਬਣ ਰਹੀਆਂ ਸੀ, ਅਸੀਂ ਉਹਨਾਂ ਦੇ ਖਿਲਾਫ਼ ਵੀ ਜਿਹੜੀਆਂ FIR ਕਰਾਂਗੇ। ਜਿਹੜੀਆਂ ਪੁਰਾਣੀਆਂ ਦੁਕਾਨਾਂ ਸੀਲ ਕੀਤੀਆਂ ਗਈਆਂ ਕਿਉਂਕਿ ਉਹਦੇ ਆਲਰੇਡੀ ਇੱਕ ਮਤਾ ਪਿਆ ਆ ਜਿਹੜਾ ਅੰਡਰ ਗੌਰਮੈਂਟ ਦੇ ਕੰਸਿਡਰੇਸ਼ਨ ਆ, ਪਰ ਜਦੋਂ ਤੱਕ ਉਹ ਮਤਲਬ ਪਾਸ ਨਹੀਂ ਹੁੰਦਾ ਉਦੋਂ ਤੱਕ ਕਿਸੇ ਨੂੰ ਕੋਈ ਇਖਤਿਆਰ ਨਹੀਂ ਨਵੀਂ ਦੁਕਾਨ ਬਣਾਉਣ ਦਾ। MLA ਵੱਲੋਂ ਸੀਲ ਤੋੜੀ ਗਈ ਸੀ, ਉਹਨਾਂ ਦੇ ਉੱਤੇ ਵੀ ਕਾਰਵਾਈ ਹੋਊਗੀ ਕਿ ਜਿਹੜੇ ਆਮ ਲੋਕਾਂ ਦੇ? ਬਿਲਕੁਲ ਜੀ, ਮੇਰੇ ਸਟਾਫ ਵੱਲੋਂ ਜੋ ਰਿਪੋਰਟ ਆਏਗੀ ਉਸ ਹਿਸਾਬ ਨਾਲ ਅਸੀਂ ਕਰ ਰਹੇ ਹਾਂ।